ਬਈ ਸਾਰੇ ਦੋਸਤ ਸਫਾ ਤੋਂ ਉੱਤੇ ਫਰਮਾ ਲਓ ਕਿ ਜਨਾਜ਼ੇ ਦਾ ਪ੍ਰੋਟੋਕੋਲ ਹੁੰਦਾ ਹੈ ਕਿ ਆਦਮੀ ਜੁੱਤੀ ਲਾ ਲਏ, ਹਾਲਾਂਕਿ ਕਈ ਮਕਾਮ ਦੇ ਉੱਤੇ ਜੁੱਤੀ ਪਾ ਕੇ ਵੀ ਜਨਾਜ਼ਾ ਹੋ ਜਾਂਦਾ ਕਿ ਅਗਰ ਤੁਹਾਨੂੰ ਕੋਈ ਮਸਲਾ ਹੋਏ ਤਾਂ ਜੁੱਤੀ ਪਾਈ ਵੀ ਹੋ ਜਾਏਗਾ, ਲੇਕਿਨ ਨਾ ਮਸਲਾ ਹੋਏ ਤਾਂ ਜਨਾਜ਼ੇ ਦਾ ਪ੍ਰੋਟੋਕੋਲ ਹੈ ਕਿ ਬੰਦੇ ਨੇ ਜੁੱਤੀ ਲਾਈ ਵੀ ਹੋਏ, ਆਪਣਾ ਮੋਬਾਈਲ ਫੋਨ ਬੰਦ ਫਰਮਾਇਆ ਦਾ ਹੋਏ, ਆਪਣੇ ਆਪ ਨੂੰ ਅੱਲਾ ਵਾਸਤੇ ਅੱਲਾ ਦੀ ਬਾਰਗਾਹ 'ਚ ਖੜਾ ਕੀਤਾ ਦਾ ਹੋਏ, ਕਿਉਂਕਿ ਅੱਜ ਤੁਸੀਂ ਅੱਲਾ ਵਾਸਤੇ ਦੇ ਦਰੂਦ ਵਾਸਤੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਦੁਆ ਵਾਸਤੇ ਹਾਜ਼ਰ ਮੈਯਤ ਦੇ ਪਿੱਛੇ ਇਸ ਇਮਾਮ ਦੇ ਮੂੰਹ ਤਰਫ ਕਾਵਾ ਸ਼ਰੀਫ ਦੇ ਇਹ ਨੀਯਤ ਫਰਮਾਈ ਹੈ। اس کلام کا سواب بڑا ہے مرحوم و مغفور کے برہ پر الہی حضور کی شفاعت کبرا نصیب کی منا خاص جواہر میں تقاضۂ بشریت جو کمیاں ہوتا ہے دنیا میں سر صغیرہ کبیرہ کریمہ علیہ الصلوۃ والسلام کے زلف بدلیں کے سر حضور کی ایمانی نسبت کا فیضان قبر میں بے بہا تھا، شاید آسانی کی روحانی نسبت کا فیض قبر میں جمی مومنین مومنات مسلمین مسلمات کس کا سوال ہے، پسماندگان کو استقامت استقلال سب جمیل جزائے جزیل عطا فرمائے، رب اغفر وارحم وانت خیر الراحمین۔